संतों देखो बड़ा गुणा का इजारा करो
ਪੂਰਾ ਦੇ ਕੰਮ ਉਠਾਵਾਂਗੇ। ਸਾਹਿਤ ਕਿੱਥੇ ਗਿਆ ਜਦ ਉਸ ਤੋੜ ਦੇ ਅਨੁਸਾਰ ਅੱਜ ਸਾਰੇ ਇਕੱਠੇ ਹੋਏ ਲਾਉਣ ਵੀ ਆ ਗਿਆ ਰਾਜਾ ਨੂੰ ਜਨਕ ਨੇ ਸਾਰੇ ਮੇਜ ਕੁਰਸੀਆਂ ਲਾ ਕੇ ਕੱਲੇ ਕੱਲੇ ਮੇਜ ਫਿਰ ਜਹਾਂ ਜਹਾਂ ਦਾ ਰਾਜਾ ਦਾ ਉੱਥੇ ਬਿਠਾ ਦੇ। ਉਧਰ ਸਾਹਿਬ ਕੀ ਜਨਕ ਪੂਰੀ ਕੀ ਤੀਮਿਆ ਕਾ ਵਿਚਾਰ ਆ ਵੀ ਇਹਦਾ ਕੱਡੇ ਰਾਜੇ ਬੈਠੇ ਆ ਛੋਟੇ ਜੇ ਬੱਚੇ ਆ ਜੋੜਾ ਤਾਂ ਇਹਨਾਂ ਕਾ ਹੀ ਆ। ਉੱਥਾ ਇੱਕ ਸ਼ਹਿਰ ਕੀ ਤੀਮਿਆ ਜਿਹੜੀ ਆਪਣੇ ਮਨ ਕਾ ਵਿਚਾਰ ਦੱਸਦੀਆਂ 4433 ਈਸਾ ਪੁਰੀ ਕੇ ਵਿੱਚ ਸ੍ਰੀ ਰਾਮ ਚੰਦਰ ਜੀ ਕਾ ਜਨਮ ਦਿਨ ਬੁੱਧਵਾਰ ਕੇ ਦਿਨ ਲੋਕੋ ਹੋਇਆ ਦਾ 4433 ਈਸਾ ਪੁਰੀ ਕੇ ਵਿੱਚ ਦਿਨ ਐਤਵਾਰ ਕੇ ਦਿਨ ਲਛਮਣ ਕਾ ਔਰ ਸ਼ਤਰੂਗਣ ਕਾ ਜਨਮ ਹੋਇਆ ਦਾ। ਰਾਜਾ ਰਾਉਣ ਲੋਕ 70 ਫੁੱਟ ਕੀ ਲੰਬਾਈ ਸੀ ਰਾਜੇ ਰਾਉਣ ਕੀ। ਇਸ ਦਾਸ ਕੇ ਪਾਸ ਇਕੱਲੀ ਇਕੱਲੀ ਤਰੀਕ ਜਿਹੜੇ ਜਿਹੜੇ ਦਿਨ ਨੂੰ ਮਾਰੀ ਸੀਗੇ ਜਿਹੜੇ ਜਿਹੜੇ ਦਿਨ ਇਹਨਾਂ ਦਾ ਜਨਮ ਹੋਇਆ ਜਿਸ ਤਰ੍ਹਾਂ ਇਹ ਸੀਤਾ ਨੂੰ ਲੈ ਕੇ ਲੰਕਾ ਦੇ ਆਏ ਹੈ। ਜਦ ਕਹੇ ਇਹ ਸੀਤਾ ਨੂੰ ਲੈ ਕੇ ਆਏ ਹੈ 22 ਦਿਨ ਪਿੱਛੇ ਦੁਸਹਿਰਾ ਮਨਾਇਆ ਦੁਸਹਿਰੇ ਤੇ ਦੀਵਾਲੀ ਮਨਾਈ ਜਹਾ। ਕੋਈ ਕਹਾ 22 ਦਿਨ ਮਾ ਆਏ ਹੈ ਕੋਈ ਕਹਾ ਇਹ ਮਹੀਨੇ ਮਾ ਆਏ ਹੈ। ਲੋਕ ਐ ਦੱਸਿਆ ਵੀ 2 ਘੰਟੇ ਕੇ ਵਿੱਚ ਪੁਸ਼ਕ ਭਗਵਾਨ ਲੰਕਾ ਤੇ ਆ ਗਏ ਜਿਸ ਦੀ 3146 ਕਿਲੋਮੀਟਰ ਕੀ ਦੂਰੀ ਕੇ ਉੱਪਰ ਹੈ ਲੰਕਾ ਅਯੁੱਧਿਆਪੁਰੀ ਦੇ। ਆ ਪੁਸ਼ਕ ਭਗਵਾਨ ਉਹ ਤਾਂ ਲੋਕ ਜਿਹੜਾ ਰਾਜੇ ਰਾਉਣ ਨੇ ਆਪਣੇ ਭਾਈ ਕਮੇਰ ਤੇ ਖੋਇਆ ਤਾ ਉਸ ਪੁਸ਼ਕ ਭਗਵਾਨ ਕੇ ਵਿੱਚ ਆਇਆ ਤਾ। ਇਹ ਜਿਹੜੀ ਸੀਤਾ ਇਹ ਨੰਦ ਕੀ ਲੜਕੀ ਸੀ ਰਾਜੇ ਰਾਉਣ ਕੀ ਪੋਤੀ ਲਗੇ ਤੇ ਇਸ ਨੂੰ ਚੱਕ ਲਿਆਇਆ ਤਾ ਜਿਹੜੇ ਲੋਕ ਕਹਾ ਰੱਥ ਤੇ ਬਣੀ ਹੈ। ਇਹ ਕਾਠਮੰਡੂ ਕੇ ਵਿੱਚ ਸੀਤਾ ਮੜੀ ਮੈਂ ਜਦ ਬਾਹਮਣਾ ਨੇ ਇਹਨੂੰ ਦੱਸਿਆ ਵੀ ਤੇਰੀ ਮੌਤ ਹੈ ਇਸ ਨੂੰ ਕਿਤੇ ਰਫੇ ਦਫੇ ਕਰ ਦੇ ਫੇਰ ਇੱਕ ਸੁੰਦਰ ਬਕਸਾ ਬਣਵਾ ਕੇ ਰਾਜੇ ਜਨਕ ਕੇ ਸ਼ਹਿਰ ਕੇ ਵਿੱਚ ਦਰਿਆ ਦੇ ਵਿੱਚ ਹੜਾਈ ਸੀ ਜਿਹੜੀ ਲੋਕ ਬਰੇਤੀ ਕੇ ਵਿੱਚ ਅਟਕ ਅਟਕ ਕੇ ਉੱਥੇ ਬਰੇਤੀ ਮੈਂ ਦੱਬ ਗਈ ਸੀ। ਉਹ ਸੀਤਾ ਸੀ ਹੁਣ ਚੱਲ ਪਈ ਮੰਗਲ ਲਛਮਣ ਵਿਸ਼ਵਾਮਿੱਤਰ ਦੀ ਕੁਸ਼ਤੀ ਹੈ 60 ਦਿਨ ਬਿਠਾਏ ਗਏ ਆ। Yeah.
ना चंद ऐसे फेरे दे दो ना सीता नूं बुला ऐसी जोड़िया वे पाई ना बछोड़े रहम करी ऐसी जोड़िया मा पाई ना बछोड़े
ਵੀ ਹੁਣ ਪਹਿਲੇ ਤੋਂ ਬਾਣਾ ਸੁਰਕਾ ਨੂੰ ਬਾਣਾ ਸੁਰ ਲਾਉਣ ਨੂੰ ਸਮਝਾ ਰਿਹਾ ਕਹਿੰਦਾ ਰੌਣ ਐਵੇਂ ਨਾ ਹਲਕਾਰ ਪ੍ਰਥਮੀ ਦਾਨ ਮੰਗੀ ਐ ਦਾਨ ਤੇ ਬਾਦ ਕਹੇ ਮਾਰੇ ਸਲਕੰਪ ਕਰਿਆ ਜਹਾ ਸਲਕੰਪ ਬਿਨਾ ਦਾਨ ਨੀ ਲੱਗਦਾ ਰਾਮ ਚੰਦ ਕਹੇ ਚੌਂਕੀ ਕੇ ਉੱਪਰ ਬਿਠਾ ਲਿਆ ਸਲਕੰਪ ਕਰਨੇ ਨੂੰ ਕਹੇ ਮੇਰੇ ਬਾਪ ਕਾ ਗੁਰੂ ਸੁਪਰਾਚਾਰੀਆ ਲੋਟੇ ਕੀ ਤੂਤਨੀ ਮਾਂ ਸਪੋਲੀਆ ਬਣ ਕੇ ਬੈਠ ਗਿਆ ਕਹੇ ਰਾਮ ਚੰਦ ਨੇ ਤੋੜ ਕੇ ਕੂਸਾ ਕਾ ਦਿੱਤਾ ਇਹ ਜਿਹੜੀ ਦਬੜੇ ਕੀ ਕੂਸਾ ਬਣੀ ਬੇਦਰਾ ਯਾਰ ਜਦ ਕੋਈ ਗ੍ਰਹਿ ਲੱਗਿਆ ਬਾਹਵਾ ਚੰਦ ਨੂੰ ਜਾਂ ਸੂਰਜ ਨੂੰ ਕੁਸਮਾ ਵਰਤਾ ਕਹੇ ਲੋਟੇ ਦੀ ਤੂਤਨੀ ਮਾਂ ਮਾਰੀ ਅੱਖ ਮਾਂ ਬੱਜੀ ਅੱਖ ਭੰਨ ਕੇ ਕਾਣਾ ਬਣਾ ਜਾਂਦਾ ਲੋਕਾਂ ਦੇਖ ਕੇ ਹੈਰਾਨ ਮਾਨ ਆਇਆ ਹੈ।